ਅੱਜ ਆਪਾਂ ਬੈਫ ਵਿੱਚ ਹੋਰਸਬੈਕ ਰਾਈਡਿੰਗ ਕਰਨ ਗਏ ਅਤੇ ਸਾਡੀ ਟੀਮ ਵਿੱਚ 13-14 ਬੰਦੇ ਸੀਗੇ ਸਾਰੇ ਅਤੇ ਸਭ ਨੂੰ ਆਪਣੇ ਆਪਣੇ ਹੋਰਸ 'ਤੇ ਅਤੇ ਉਹਨਾਂ ਨੇ ਕਿਹਾ ਪੈਟ ਕਰੋ ਫਿਰ ਇੱਥੇ ਇਹ ਸਾਰੀ ਪਲੇਸ ਸੀਗੀ ਜਿੱਥੇ ਹੋਰਸ ਉਹਨਾਂ ਨੇ ਬੰਨੇ ਹੋਏ ਸੀਗੇ ਅੱਜ ਕੱਲ੍ਹ ਬੰਨੇ ਨਹੀਂ ਸੀਗੇ ਖੁੱਲ੍ਹੇ ਛੱਡੇ ਸੀਗੇ ਸਾਡੀ ਟ੍ਰੇਲ ਸਟਾਰਟ ਹੁੰਦੀ ਆ ਅਤੇ ਪਹਿਲਾਂ ਆਪਾਂ ਸਟੇਬਲ ਤੋਂ ਬਾਹਰ ਨਿਕਲਦੇ ਹਾਂ ਨਾਈਸ ਵਿਊ ਸੀਗਾ ਅਤੇ ਟੈਂਪਰੇਚਰ ਸੀਗਾ 3 ਡਿਗਰੀ ਬਟ ਹਵਾ 'ਚ ਮਿੰਟ ਚਿਲ ਸੀ ਐਂਡ ਸੂਰਜ ਬਹੁਤ ਤੇਜ਼ ਸੀਗਾ ਫਿਰ ਆਪਾਂ ਨਿਕਲੇ ਅਤੇ ਉਹ ਰਸਤੇ 'ਚ ਸਾਨੂੰ ਬੈਫ ਬਾਰੇ ਦੱਸਣ ਲੱਗ ਪਏ ਅਤੇ ਦੱਸਣ ਲੱਗ ਪਏ ਕਿ ਬੀਅਰ ਕਿੱਥੇ ਕਿੱਥੇ ਆਉਂਦੇ ਆ ਅਤੇ ਡੀਅਰ ਕਿੱਥੇ ਕਿੱਥੇ ਆਉਂਦੇ ਆ ਅਤੇ ਬੀਅਰ ਕਿੱਦਾਂ ਹੰਟ ਕਰਦੇ ਆ ਟ੍ਰੀਸ ਉੱਤੇ ਨਿਸ਼ਾਨ ਉਹਨਾਂ ਦੇ ਕਿ ਹਾਂ ਇੱਥੇ ਬੀਅਰ ਦਾ ਪੰਜੇ ਲੱਗੇ ਹੋਏ ਆ ਫਿਰ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਦੱਸਦੇ ਸੀਗੇ ਅਤੇ ਆ ਰਿਵਰ ਸੀਗੀ ਫਲੋ ਕਰਦੀ ਸੀਗੀ ਪੋਲਸ ਗਲੇਸ਼ੀਅਰ ਤੋਂ ਸੇ ਪਾਣੀ ਬਹੁਤ ਠੰਡਾ ਸੀਗਾ ਈਵਨ ਗਰਮੀਆਂ ਵਿੱਚ ਪਾਣੀ 8 ਡਿਗਰੀ ਦਿੰਦਾ ਸੀਗਾ 8 ਡਿਗਰੀ ਗਰਮੀਆਂ ਵਿੱਚ ਪਾਣੀ ਬੜਾ ਠੰਡਾ ਸੀਗਾ ਕੁੱਲ ਮਿਲਾ ਕੇ ਅਤੇ ਸਰਦੀਆਂ 'ਚ ਲੋਕ ਇੱਥੇ ਜਾਂਦੇ ਨਹੀਂ ਹੈਗੇ ਪਾਣੀ ਅੰਦਰ ਮੇ ਬੀ ਕਯਾਕ ਵਗੈਰਾ ਕੁਛ ਕਰ ਲੈਣ ਜਾਂ ਆਈਸ ਫਿਸ਼ਿੰਗ ਕਰ ਲੈਣ ਅਤੇ ਫਿਰ ਅਤੇ ਆਪਾਂ ਟ੍ਰੇਲ ਫੋਲੋ ਕੀਤੀ ਵਿਊ ਬਹੁਤ ਸੋਹਣਾ ਸੀਗਾ ਉਹਨਾਂ ਨੇ ਕਿਹਾ ਸੀਗਾ ਘੋੜਿਆਂ ਤੋਂ ਇਹ ਜਿਹੜੇ ਬੂਟੇ ਆ ਇਹਨਾਂ ਤੋਂ ਦੂਰ ਰੱਖਿਓ ਅਤੇ ਇਹਨਾਂ ਨੇ ਸਾਨੂੰ ਇੰਸਟਰਕਸ਼ਨਸ ਦਿੱਤੀਆਂ ਹੈਗੀਆਂ ਕਿ ਘੋੜਿਆਂ ਨੂੰ ਓਪਰੇਟ ਕਿੱਦਾਂ ਕਰਨਾ ਘੋੜਾ ਕਿੱਦਾਂ ਰਾਈਡ ਕਰਨਾ ਆਹ ਵਾਲੇ ਜਿਹੜੇ ਹੁੰਦੇ ਆ ਸਾਈਕਿਕ ਹੋ ਜਾਂਦੇ ਘੋੜੇ ਆਹ ਵਾਲੇ ਬੂਟੇ ਖਾ ਕੇ ਅਤੇ ਉਹਨਾਂ ਨੇ ਕਿਹਾ ਸੀ ਦੂਰ ਹੀ ਰੱਖਿਓ ਮੇਰਾ ਘੋੜਾ ਤਾਂ ਬੜਾ ਚਲਾਕ ਸੀਗਾ ਉਹਨੂੰ ਪਤਾ ਸੀ ਜਦੋਂ ਵੀ ਮੈਂ ਅੱਗੇ ਜਾਂਦਾ ਸੀਗਾ ਜਦੋਂ ਵੀ ਅੱਗੇ ਜਾਂਦਾ ਸੀਗਾ ਫਿਰ ਮੈਨੂੰ ਪੁੱਛ ਕੇ ਸਾਈਡ ਕਰ ਲੈਂਦਾ ਹੈਗਾ ਆਹ ਵਾਲੀ ਸੀਨ 'ਤੇ ਉਹਨੂੰ ਮੈਂ ਸਾਈਡ ਪੁਸ਼ ਕਰ ਲੈਂਦਾ ਹੈਗਾ ਇਹ ਕੁਛ ਖਾਸ ਜ਼ਿਆਦਾ ਐਕਸਪੈਂਸਿਵ ਨਹੀਂ ਸੀਗਾ ਪਰ ਆਹ ਵਾ ਕਿ ਵਨ ਆਫ ਦਾ ਐਕਸਪੀਰੀਅੰਸ ਸੀਗਾ ਜੋ ਕਿ ਪਹਿਲਾਂ ਕਦੇ ਨਹੀਂ ਕੀਤਾ ਹੋਰਸਬੈਕ ਰਾਈਡਿੰਗ ਪਹਿਲਾਂ ਨਹੀਂ ਕਦੇ ਕੀਤੀ ਅਤੇ ਮਨ 'ਚ ਚਾਹ ਸੀਗਾ ਅਤੇ ਫਿਰ ਆਪਾਂ ਬੁੱਕ ਕੀਤਾ ਆਲਮੋਸਟ ਸਾਡੀ ਟ੍ਰੇਲ ਫਿਨਿਸ਼ ਹੋਣ 'ਤੇ ਆ ਗਈ ਸੀਗੀ ਉਹਨਾਂ ਨੇ ਸਾਨੂੰ ਘੋੜਿਆਂ ਤੋਂ ਉਤਾਰਿਆ ਅਤੇ ਸਾਡੀ ਪਿਕਚਰਸ ਲਈਆਂ ਅਤੇ ਜੇ ਕਿਸੇ ਨੇ ਵੀਡੀਓ ਬਣਾਉਣੀ ਸੀ ਵੀਡੀਓ ਬਣਾਈ ਬਾਏ ਦੇ ਐਂਡ ਜਦੋਂ ਆਪਾਂ ਜਾਣਦੇ ਸੀਗੇ ਵਾਪਸ ਅਤੇ ਆਹ ਸਾਨੂੰ ਇੱਕ ਹੀਰਨਾ ਦੀ ਪੂਰੀ ਫੈਮਿਲੀ ਲੱਭੀ ਡੀਅਰ ਦੀ ਫੈਮਿਲੀ ਅਤੇ ਫਿਰ ਆਪਾਂ ਉੱਥੇ ਖਲੋ ਕੇ ਵੀਡੀਓਸ ਬਣਾਈ ਪਿਕਚਰਸ ਕਲਿੱਕ ਕੀਤੀਆਂ ਬਸ ਇੰਨੀ ਮੇਰੀ ਬਾਤ ਉੱਤੋਂ ਪੈ ਗਈ ਰਾਤ ਦੱਸੋ ਥੈਂਕ ਯੂ